ਹੋਲੀਡੇ ਸੀਜ਼ਨ ਬਹੁਤ ਸੋਹਣਾ ਆ, ਛੁੱਟੀਆਂ ਦਾ ਸਮਾਂ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ, ਪਰ ਇਸ ਵਾਰ ਕੈਨੇਡਾ ਵਾਸੀਆਂ ਲਈ, ਕੈਨੇਡਾ ਦੇ ਕੁਝ ਵਾਸੀਆਂ ਲਈ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਕੁਝ ਵਾਸੀਆਂ ਲਈ ਇਹ ਸਮਾਂ ਉਸ ਤਰ੍ਹਾਂ ਦਾ ਨਹੀਂ ਹੈ। ਇਹ ਸਮਾਂ ਪਹਿਲਾਂ ਵਰਗਾ ਨਹੀਂ ਹੈ ਕਿਉਂਕਿ ਹਾਲਾਤ ਕਈ ਥਾਵਾਂ ਦੇ ਉੱਤੇ ਬਦਲ ਚੁੱਕੇ ਆ। ਮੈਂਟਲ ਹੈਲਥ ਐਸੋਸੀਏਸ਼ਨ ਦੱਸ ਰਹੀ ਆ ਕਿ 52% ਕੈਨੇਡੀਅਨਸ ਇਸ ਵੇਲੇ ਇਹ ਕਹਿ ਰਹੇ ਆ ਕਿ ਜਿਹੜਾ ਸਾਲ ਦਾ ਸਭ ਤੋਂ ਸੋਹਣਾ ਮੰਨਿਆ ਜਾਣ ਵਾਲਾ ਸਮਾਂ ਉਹਨਾਂ ਲਈ ਸਭ ਤੋਂ ਸੋਹਣਾ ਨਹੀਂ ਹੈ, ਸਗੋਂ ਉਹਨਾਂ ਨੂੰ ਨਕਾਰਾਤਮਕ ਰੂਪ ਦੇ ਵਿੱਚ ਉਹਨਾਂ ਦੇ ਉੱਤੇ ਇਹ ਅਸਰ ਪਾਉਂਦਾ। ਫਲੱਡਸ ਨੇ ਬਹੁਤ ਸਾਰਾ ਨੁਕਸਾਨ ਕੀਤਾ, ਤੁਹਾਨੂੰ ਪਤਾ ਫਲੱਡਸ ਰਿਪੇਅਰਸ ਇਸ ਵੇਲੇ ਹੋ ਰਹੀਆਂ ਆ, ਹੋਲੀਡੇ ਸੀਜ਼ਨ ਬਿਲਕੁਲ ਸ਼ੁਰੂ ਹੋ ਚੁੱਕਾ ਆ ਅਤੇ ਇਸ ਵੇਲੇ ਜਿਹੜੇ BC ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਆ ਉਹ ਕਹਿ ਰਹੀ ਆ ਕਿ ਮੈਂਟਲ ਹੈਲਥ ਇਸ਼ੂਜ਼ ਜਿਹੜੇ ਨੇ, ਮਾਨਸਿਕ ਸਿਹਤ ਆਮ ਨਾਲੋਂ ਜ਼ਿਆਦਾ ਇਸ ਸਮੇਂ ਦੇ ਵਿੱਚ ਪ੍ਰਭਾਵਿਤ ਹੋ ਰਹੀ ਆ ਕਿਉਂਕਿ ਹੜ੍ਹਾਂ ਨੇ ਅਤੇ ਦੂਜੀਆਂ ਆਫਤਾਂ ਨੇ ਨੁਕਸਾਨ ਬਹੁਤ ਕੀਤਾ। ਇਸ ਵੇਲੇ ਜਿਹੜਾ ਸਭ ਤੋਂ ਸਾਲ ਦਾ ਸੋਹਣਾ ਸਮਾਂ ਆ ਉਹ ਸਭ ਤੋਂ ਜਿਹੜਾ ਔਖਾ ਸਮਾਂ ਇਹਨਾਂ ਲੋਕਾਂ ਦੇ ਲਈ ਬਣਿਆ ਆ, ਖਾਸ ਕਰ ਫਾਰਮਰਸ ਦੇ ਲਈ। ਜਿਹੜੀਆਂ ਕੁਦਰਤੀ ਆਫਤਾਂ ਆਈਆਂ ਉਹਨਾਂ ਕੁਦਰਤੀ ਆਫਤਾਂ ਨੇ ਸਿਰਫ ਪ੍ਰੋਪਰਟੀ ਦਾ ਨੁਕਸਾਨ ਨਹੀਂ ਕੀਤਾ, ਸਿਰਫ ਜਿਹੜੀਆਂ ਬਾਹਰ ਸਥੂਲ ਚੀਜ਼ਾਂ ਉਹਨਾਂ ਦਾ ਨੁਕਸਾਨ ਨਹੀਂ ਕੀਤਾ, ਸਗੋਂ ਇਹਨਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹਨਾਂ ਦੇ ਮਨ ਦੇ ਉੱਤੇ ਵੀ ਬਹੁਤ ਡੂੰਘਾ ਅਸਰ ਪਾਇਆ। ਅਤੇ ਸ਼ਾਇਦ ਕੈਨੇਡਾ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਕਿ ਇਸ ਸਭ ਤੋਂ ਸੋਹਣੇ ਮੌਸਮ ਦੇ ਵਿੱਚ ਲੋਕਾਂ ਦੇ ਉੱਤੇ, ਲੋਕਾਂ ਦੇ ਮਨ ਜਿਹੜੇ ਆ ਉਹ ਅੰਦਰੋਂ ਓਨੇ ਜ਼ਿਆਦਾ ਖੁਸ਼ ਨਹੀਂ ਹੈ, ਸਗੋਂ ਬਹੁਤ ਸਾਰੇ ਮੈਂਟਲ ਜਿਹੜੇ ਸਾਈਕੋਲੋਜੀਕਲ ਜਿਹੜੀ ਡਿਸਟ੍ਰੈਸ ਆ, ਜਿਹੜੀਆਂ ਮਾਨਸਿਕ ਦਬਾਅ ਉਹਨਾਂ ਦੇ ਉੱਤੇ ਹੈਗਾ ਉਹ ਬਹੁਤ ਸਾਰਾ ਸਾਹਮਣੇ ਆ ਰਿਹਾ। ਬਹੁਤ ਸਾਰਾ ਮੀਂਹ ਪਿਆ ਜਿਹਨੇ ਬਹੁਤ ਸਾਰੇ ਜਿਹੜੀ ਲੈਂਡਸਲਾਈਡਿੰਗ ਕੀਤੀ, ਹੜ੍ਹ ਆ ਗਿਆ ਪਿਛਲੇ ਮਹੀਨੇ ਦੇ ਵਿੱਚ, ਹਜ਼ਾਰਾਂ ਲੋਕ ਬੇਘਰ ਹੋ ਗਏ। ਜਿਹੜਾ ਮੁੱਖ ਤੌਰ ਦੇ ਉੱਤੇ ਖੇਤੀਬਾੜੀ ਫਰੇਜ਼ਰ ਵੈਲੀ ਦੇ ਵਿੱਚ ਕਿੱਤਾ ਸੀ ਉਹ ਸਾਰੇ ਦਾ ਸਾਰਾ ਪ੍ਰਭਾਵਿਤ ਹੋ ਗਿਆ, ਟਰਾਂਸਪੋਰਟੇਸ਼ਨ ਪ੍ਰਭਾਵਿਤ ਹੋ ਗਈ, ਜਿਹੜਾ ਸਮਾਨ ਇੱਧਰ ਉੱਧਰੋਂ ਆਉਣਾ ਸੀ ਉੱਧਰ ਜਾਣਾ ਸੀ ਉਹ ਸਾਰਾ ਕਿਤੇ ਨਾ ਕਿਤੇ ਰਹਿ ਗਿਆ। ਸੋ ਹੁਣ ਇਹ ਹੋਲੀਡੇ ਸੀਜ਼ਨ ਆਮ ਵਰਗਾ ਹੋਲੀਡੇ ਸੀਜ਼ਨ ਨਹੀਂ ਹੈ, ਇਹ ਉਹਨਾਂ ਨਾਲੋਂ ਵੱਖਰਾ ਆ। CMHA ਵੀ ਇਸ ਗੱਲ ਨੂੰ ਮੰਨ ਰਿਹਾ ਆ, ਦੱਸ ਰਿਹਾ ਕਿ ਬਹੁਤ ਔਖਾ ਸਮਾਂ ਆ। ਉਹ ਕਹਿੰਦੇ ਕਿ ਇਹ ਭਾਵੇਂ ਕਿ ਬਹੁਤਾ ਜ਼ਿਆਦਾ ਕਈ ਵਾਰੀ ਬੰਦੇ ਦਾ ਲੋਹ ਹੋਣਾ ਜਾਂ ਨਕਾਰਾਤਮਕ ਮਹਿਸੂਸ ਕਰਨਾ ਇੰਨੀ ਜ਼ਿਆਦਾ ਮਾੜੀ ਗੱਲ ਨਹੀਂ ਆ, ਪਰ ਇਸ ਵੇਲੇ ਕਿਉਂਕਿ ਬਾਹਰੋਂ ਨੁਕਸਾਨ ਲੋਕਾਂ ਦਾ ਬਹੁਤ ਹੋ ਚੁੱਕਿਆ, ਉਹਦੇ ਨਾਲ ਜਿਹੜੀਆਂ ਸਿਰ ਦਰਦ, ਥਕਾਵਟ ਮਹਿਸੂਸ ਕਰ ਰਹੇ ਆ ਲੋਕ, ਸੌਣ ਦੇ ਵਿੱਚ ਸਮੱਸਿਆ ਆ ਰਹੀ ਆ, ਜਿਹੜਾ ਉਹਨਾਂ ਦਾ ਸਟਮਕ ਅਪਸੈਟ ਹੋ ਰਿਹਾ ਆ, ਇਹ ਸਾਰੀਆਂ ਚੀਜ਼ਾਂ ਦਾ ਸੰਬੰਧ ਮਾਨਸਿਕ ਤਣਾਅ ਦੇ ਨਾਲ ਦੱਸਿਆ ਜਾ ਰਿਹਾ। ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬਹੁਤ ਵੱਡੀ ਇਹ ਚੇਂਜ ਹੈ ਇਸ ਵੇਲੇ, ਜਿਹਨੇ ਇੱਕ ਪਾਸੇ ਪੈਂਡੈਮਿਕ ਆ, ਦੂਜੇ ਪਾਸੇ ਨੈਚੁਰਲ ਡਿਜ਼ਾਸਟਰ ਆ, ਇਹ ਸਾਰੇ ਕੁਛ ਨੇ ਲੋਕਾਂ ਦੀ ਮਾਨਸਿਕ ਸਿਹਤ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਕਿ ਅੱਧੇ ਕੈਨੇਡੀਅਨ ਇਸ ਵੇਲੇ ਇਹਨਾਂ ਛੁੱਟੀਆਂ ਦਾ ਉਸ ਤਰ੍ਹਾਂ ਆਨੰਦ ਨਹੀਂ ਮਾਣ ਰਹੇ ਜਿਸ ਤਰ੍ਹਾਂ ਉਹਨਾਂ ਨੂੰ ਮੰਨਣਾ ਚਾਹੀਦਾ। ਵੱਖ ਵੱਖ ਪ੍ਰੋਵਿੰਸਿਸ ਦੇ ਵਿੱਚ ਲੱਗੀਆਂ ਪਾਬੰਦੀਆਂ, ਸਰਕਾਰ ਇਸ ਵੇਲੇ ਇਸ ਗੱਲ ਤੋਂ ਡਰ ਰਹੀ ਆ ਕਿ ਲੋਕਾਂ ਨੇ ਇਕੱਠੇ ਹੋਣਾ, ਇਹਨਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ ਤਾਂ ਕਿ ਜਿਹੜਾ COVID-19 ਆ ਉਹ ਨਾ ਫੈਲੇ। ਦੂਜੇ ਪਾਸੇ ਇਹਦਾ ਉਲਟਾ ਅਸਰ ਵੀ ਲੋਕਾਂ ਦੀ ਮੈਂਟਲ ਹੈਲਥ ਦੇ ਉੱਤੇ ਪੈ ਰਿਹਾ ਆ, ਔਰ ਇਸ ਵੇਲੇ ਹੋਰ ਜ਼ਿਆਦਾ ਮੈਂਟਲ ਹੈਲਥ ਰਿਸੋਰਸਿਸ ਦੀ ਲੋੜ ਆ ਜਿਹੜੀ ਕਿ ਪਹਿਲਾਂ ਕਦੇ ਵੀ ਨਹੀਂ ਪਈ। ਔਨਲਾਈਨ ਜਾ ਕੇ ਤੁਸੀਂ ਵੀ ਜੇ ਕਿਸੇ ਨੂੰ ਇਸ ਚੀਜ਼ ਦੀ ਲੋੜ ਆ, ਹੈਲਪ ਦੀ ਲੋੜ ਆ, ਤਾਂ ਕੌਨਫੀਡੈਂਸ਼ੀਅਲ ਰਿਸੋਰਸਿਸ ਨੇ, ਇਹਨਾਂ ਰਿਸੋਰਸਿਸ ਤੋਂ ਕਿਸੇ ਨੂੰ ਵੀ ਤੁਹਾਡੀ ਮਾਨਸਿਕ ਸਿਹਤ ਬਾਰੇ ਨਹੀਂ ਦੱਸਿਆ ਜਾਂਦਾ। ਔਨਲਾਈਨ ਹੈਲਪ ਅਵੇਲੇਬਲ ਆ, ਉੱਥੇ ਜਾ ਕੇ ਤੁਸੀਂ ਵੀ ਇਹਨਾਂ ਤੋਂ ਮਦਦ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਉਹਨਾਂ ਅੱਧੇ ਕੈਨੇਡੀਅਨਸ ਦੇ ਵਿੱਚ ਸ਼ਾਮਲ ਆ ਜਿਹੜੇ ਇਸ ਹੋਲੀਡੇ ਸੀਜ਼ਨ ਨੂੰ ਉਸ ਤਰੀਕੇ ਨਾਲ ਨਹੀਂ ਸੈਲੀਬ੍ਰੇਟ ਕਰ ਰਹੇ ਜਿਸ ਤਰੀਕੇ ਨਾਲ ਉਹਨਾਂ ਨੂੰ ਕਰਨਾ ਚਾਹੀਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।